ਵੀ ਜਿਹੜੇ ਆਪਾਂ ਗਰੀਬ ਲੋਕ ਰਹੇ ਹਾਂ, ਦਲਿਤ ਲੋਕ ਹੈ, ਉਹਨਾਂ ਨੂੰ ਗੁਰਬਾਣੀ ਪੜ੍ਹਨ ਦਾ, ਵਿੱਦਿਆ ਪੜ੍ਹਨ ਦਾ, ਨਾਮ ਜਪਣ ਦਾ, ਭਗਤੀ ਕਰਨ ਦਾ ਜਾਂ ਹੋਰ ਚੰਗੇ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਉਹਨਾਂ ਨੇ ਇਹ ਸਾਰਾ ਕੁਛ ਦੇਖ ਕੇ ਉਸ ਸਿਸਟਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਹ ਜਿਹੜਾ ਸਿਸਟਮ ਸੀ, ਉਹ ਜਿਹੜੇ ਉਹਨਾਂ ਦੇ ਪਰਮ ਬਚਨ ਸੀ, ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਲਮਬੰਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰ ਦਿੱਤਾ। ਉਹ ਇਸ ਕਰਕੇ ਕੀਤਾ ਕਿ ਕੱਲ੍ਹ ਨੂੰ ਸਭ ਤੋਂ ਬਾਅਦ ਇਹਨਾਂ ਲੋਕਾਂ ਦੀ ਆਵਾਜ਼ ਜਿਹੜੀ ਆ ਨਾ, ਸੰਤਾਂ ਮਹਾਂਪੁਰਸ਼ਾਂ ਦੀ ਆਵਾਜ਼, ਇਹ ਜਿਹੜੇ ਲੋਕ ਆ ਇਹਨਾਂ ਲਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਹੋਵੇ। ਪਰ ਹੋਇਆ ਕੀ ਹੁਣ ਇੱਥੇ? ਹੁਣ ਇੱਥੇ ਇਹ ਕੁਛ ਹੋ ਚੁੱਕਾ ਆ ਵੀ ਕੁਛ ਧਰਮ ਦੇ ਠੇਕੇਦਾਰ ਜਿਹੜੇ ਆ, ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਕਈਆਂ ਨੇ ਮਲਕੀਅਤ ਬਣਾ ਲਿਆ। ਐਸ ਜੀ ਪੀ ਸੀ ਇਹਦੀ ਖਾਸ ਜ਼ਿੰਮੇਵਾਰ ਹੈ। ਐਸ ਜੀ ਪੀ ਸੀ ਨੇ ਕਦੇ ਇਹ ਵੀ ਨਹੀਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਵਾਜ਼ ਕੀ ਆ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤੇ ਆ। ਪਰ ਉਹਨਾਂ ਨੇ ਜੋ ਉਪਦੇਸ਼ ਦਿੱਤੇ ਆ, ਸ਼੍ਰੋਮਣੀ ਕਮੇਟੀ ਨੇ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਲਾਗੂ ਕਰਨ ਦੀ। ਸਿਰਫ ਅਤੇ ਸਿਰਫ ਉਹਦਾ 12.5 ਅਰਬ ਰੁਪਈਆ ਖਰਚ ਕਰਨ ਦੇ ਵਿਉਂਤਾ ਹੀ ਬਣਾਉਂਦੇ ਰਹਿ ਗਏ। ਜੇਕਰ ਉਹਨਾਂ ਨੇ ਸੱਚੇ ਦਿਲੋਂ, ਸ਼੍ਰੋਮਣੀ ਕਮੇਟੀ ਨੇ ਇਹ ਕੁਛ ਕੀਤਾ ਹੁੰਦਾ, ਗੁਰੂਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਇਆ ਹੁੰਦਾ, ਇਹ ਭਾਰਤ ਜਿਹੜਾ ਹਿੰਦੂ ਰਾਸ਼ਟਰ ਨਾ ਹੁੰਦਾ ਅੱਜ। ਉਹ ਜਿਹੜੇ ਮਨੁਵਾਦੀ ਅੱਜ ਕਹਿੰਦੇ ਵੀ ਰਾਸ਼ਟਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਆ, ਉਹ ਅੱਜ ਕਹਿੰਦੇ ਨਾ ਉਹ, ਕਿਉਂਕਿ ਉਹਨਾਂ ਉੱਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਚਾਰਧਾਰਾ ਲਾਗੂ ਹੋ ਜਾਂਦੀ, ਭਾਰਤ ਸਾਰਾ ਸਿੱਖ ਧਰਮ ਦੇ ਵਿੱਚ ਹੁੰਦਾ। ਇਹਨਾਂ ਦੀ ਨਲਾਇਕੀ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਜਿਹੜੀ ਸਾਰੇ ਭਾਰਤ ਵਿੱਚ ਵੀ ਨਹੀਂ ਗਈ, ਇੱਥੋਂ ਤੀਕਰ ਕਿ ਇਹ ਪੰਜਾਬ ਤੋਂ ਬਾਹਰ ਨਹੀਂ ਜਾ ਰਹੀ। ਕਿਉਂ ਨਹੀਂ? ਇਹਨਾਂ ਦੀ ਸੌੜੀ ਸਿਆਸਤ ਹੈ, ਇਹਦੇ ਵਿੱਚ ਕੁਛ ਲੋਕਾਂ ਦੀ ਮਿਲੀ ਭੁਗਤ ਹੈ ਵੀ ਇਹਨੂੰ ਜਿਉਂਦਾ ਤਿਉਂ ਰੱਖਿਆ ਜਾਵੇ, ਤੁਹਾਨੂੰ ਲੋਕਾਂ ਨੂੰ ਉੱਥੇ ਦਾ ਉੱਥੇ ਰੱਖਿਆ ਜਾਵੇ। ਇਹ ਅਨਪੜ੍ਹ ਔਰ ਕਈ ਵਿਅੰਤਾਂ ਬਣ ਰਹੀਆਂ, ਅੱਜ ਵੀ ਕਈ ਬਣ ਰਹੀਆਂ, ਜਿਸ ਤਰ੍ਹਾਂ ਤੁਹਾਨੂੰ ਆਹ ਦਾਲ ਰੋਟੀ ਦੀਆਂ ਸਕੀਮਾਂ ਆ, ਤੁਹਾਡੇ ਬੱਚਿਆਂ ਦੇ ਵਜ਼ੀਫੇ ਬੰਦ ਕੀਤੇ ਜਾ ਰਹੇ ਨੇ, ਸਾਡੇ ਲੋਕਾਂ ਨੂੰ ਦਾਲ ਰੋਟੀ ਅਤੇ ਬਿਜਲੀ ਦੇ ਬਿੱਲ ਮਾਫ਼ ਕਰਨ ਦੇ ਵਿੱਚ ਹੀ ਲਾ ਦਿੱਤਾ ਗਿਆ। ਅਸੀਂ ਉਹ ਐਜੀਟੇਸ਼ਨ ਕਰਨ ਲੱਗ ਜਾਂਦੇ, ਰੋਸ ਪ੍ਰਗਟ ਕਰ ਲਏ, ਪਰ ਜਿਹੜੀ ਅਸਲੀਅਤ ਹੈ ਉਹ ਕੁਛ ਹੋਰ ਹੈ। ਇਹਨਾਂ ਦੇ ਕੋਲ 12.5 ਅਰਬ ਰੁਪਈਆ ਜਿਹੜਾ, ਉਹ ਇਹ ਕਹਿੰਦੇ ਆ ਵੀ ਇਹ ਇੱਧਰ ਨੂੰ ਲੱਗੇ ਰਹਿਣ ਤਾਂ ਕਿ ਸਾਡੇ ਵੱਲ ਨਾ ਦੇਖ ਸਕਣ। ਅੱਜ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਜਿਹੜਾ, ਇਹ ਲਈ ਉਹ ਵੀ ਬਹੁਤ ਵੱਡਾ ਜ਼ਿੰਮੇਵਾਰ ਹੈ, ਕਿਉਂਕਿ ਉਸਨੇ ਜੋ ਪੰਜਾਬ ਦੇ ਵਿੱਚ ਉਸਨੇ ਕੀਤਾ ਉਹ ਸਹਿਣਯੋਗ ਨਹੀਂ।